ਅੱਜ ਸਵੇਰੇ ਮੈਨੂੰ ਉੱਠਿਆ ਤਾਂ ਮੇਰੀ ਜਨਾਨੀ ਸਵੇਰੇ ਸਵੇਰੇ ਕਹਿੰਦੀ ਹੈਗੀ ਹੈ ਕਿ ਮੈਨੂੰ ਨਾ ਆਈਸਕ੍ਰੀਮ ਖਾਣੀ ਹੈਗੀ ਅਤੇ ਅੱਜ ਦਾ ਦਿਨ ਬਹੁਤ ਅੱਛਾ ਹੈਗਾ ਜੇ ਤੁਸੀਂ ਮੈਨੂੰ ਚੁੱਕ ਕੇ ਫਰਿੱਜ ਦੇ ਕੋਲ ਤੱਕ ਲੈ ਜਾਓ ਤਾਂ ਮੈਂ ਤੁਹਾਡੇ ਹੱਥੋਂ ਆਈਸਕ੍ਰੀਮ ਖਾ ਲਵਾਂ। ਮੈਂ ਤਾਂ ਇੱਦਾਂ ਹੀ ਡਰ ਗਿਆ। ਉਹ ਮੈਂ ਕਿਹਾ ਮਹਾਰਾਜ ਚੁੱਪ ਕਰਕੇ ਇੱਥੇ ਬੈਠੇ ਹੋ, ਮੈਂ ਫਰਿੱਜ ਨੂੰ ਹੀ ਚੱਕ ਕੇ ਇੱਥੇ ਲੈ ਆਉਂਦਾ। ਕਹਿੰਦੇ ਨੇ ਵਿਆਹ ਸ਼ਾਦੀਆਂ 'ਚ ਜਿਹੜਾ ਕੱਪੜਾ ਮਿਲਦਾ ਹੈ ਨਾ ਉਹ ਸਵਾਉਣ ਵਾਸਤੇ ਨਹੀਂ ਮਿਲਦਾ, ਉਹ ਤਾਂ ਇੱਕ ਦੂਸਰੇ ਨੂੰ ਵੰਡਣਾ ਵਾਸਤੇ ਹੀ ਹੁੰਦਾ ਹੈ। ਅੱਜ ਤੱਕ ਕਦੇ ਅਸੀਂ ਦੇਖਿਆ ਹੀ ਨਹੀਂ ਕਿ ਉਹਦੇ ਅੰਦਰ ਕਿਸੇ ਨੇ ਕੋਈ ਸੂਟ ਸਿਲਾਇਆ। ਇੱਕ ਬੰਦਾ ਗਿਆ ਜੀ ਬੈਂਕ, ਚੈੱਕ ਦਿੱਤਾ ਉਹਨੇ, ਉਹ ਕਹਿੰਦਾ ਪੈਸੇ ਨਹੀਂ ਹੈਗੇ। ਉਹ ਕਹਿੰਦਾ ਹੈ ਪੈਸੇ ਨਹੀਂ ਹੈ, ਹੋਰ ਦਿਓ ਮੋਦੀ ਨੂੰ ਵੋਟ, ਬੈਂਕਾਂ 'ਚ ਪੈਸੇ ਨਹੀਂ ਹੈਗੇ, ਹੁਣ ਦੱਸੋ ਮੋਦੀ ਨੂੰ ਵੋਟ ਦਿੱਤੇ ਤਾਂ ਪੈਸੇ ਹੀ ਖਤਮ ਹੋ ਗਏ ਨੇ। ਉਹ ਕਹਿੰਦਾ ਉਹ ਸਾਰਿਆ ਪੈਸੇ ਤੇਰੇ ਅਕਾਊਂਟ 'ਚ ਨਹੀਂ ਹੈਗੇ, ਤੂੰ ਇੱਦਾਂ ਹੀ ਬੋਲੀ ਜਾਂਦਾ ਹੈਗਾ। ਥੈਂਕ ਯੂ।